ਗੁਰੂ ਮੇਰੇ ਖਾਲਸਾ ਜੀਓ ਵਿਸਾਖੀ ਦੇ ਪੁਰਬ ਤੋਂ ਕੁਝ ਦਿਨ ਪਹਿਲੋਂ ਹੀ ਅਨੰਦਪੁਰ ਦੀ ਪਾਵਨ ਧਰਤੀ ਤੇ ਦੂਰ ਦੁਰਾਡੇ ਤੋਂ ਸਿੱਖ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ। ਹਜ਼ੂਰ ਨੇ ਸਿੱਖ ਸੰਗਤਾਂ ਦੇ ਆਰਾਮ ਵਾਸਤੇ ਦੂਰ ਦੂਰ ਤੱਕ ਤੰਬੂ ਲਵਾਏ, ਥਾਂ ਥਾਂ ਤੇ ਗੁਰੂ ਕੇ ਲੰਗਰ ਚੱਲ ਰਹੇ ਨੇ, ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਨੇ। ਜਿਸ ਅਸਥਾਨ ਤੇ ਅੱਜ ਗੁਰਦੁਆਰਾ ਕੇਸਗੜ੍ਹ ਸਾਹਿਬ ਮੌਜੂਦ ਹੈ, ਇਸ ਪਾਵਨ ਸਥਾਨ ਤੇ ਮੇਰੇ ਸ਼ਹਿਨਸ਼ਾਹ ਨੇ ਆਪਣੀ ਦੇਖ ਰੇਖ ਹੇਠ ਇੱਕ ਵਿਸ਼ਾਲ ਪੰਡਾਲ ਤਿਆਰ ਕਰਵਾਇਆ ਹੈ, ਜਿਹਦੇ ਸਾਹਮਣੇ ਇੱਕ ਸੁੰਦਰ ਸਟੇਜ ਤਿਆਰ ਕਰਵਾਈ, ਔਰ ਇਸ ਸਟੇਜ ਦੇ ਇੱਕ ਪਾਸੇ ਇੱਕ ਸੁੰਦਰ ਤੰਬੂ ਲਾਇਆ। ਸ਼ਹਿਨਸ਼ਾਹ ਵਿਸਾਖੀ ਦਾ ਪੁਰਬ 30 ਮਾਰਚ 1699 ਦੀ ਸੁਭਾਗੀ ਸਵੇਰ ਮੇਰੇ ਹਜ਼ੂਰ ਸਿੱਖਾਂ ਦੇ ਸਮੇਤ ਅੱਜ ਕਿਸੇ ਅਜੀਬ ਜਲਾਓ ਦੇ ਅੰਦਰ ਸਟੇਜ ਵੱਲ ਵੱਧਦੇ ਆ ਰਹੇ ਨੇ। ਸਿੱਖ ਸੰਗਤਾਂ ਹਜ਼ੂਰ ਦੇ ਦਰਸ਼ਨ ਕਰਕੇ ਨਿਹਾਲ 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 ਹੋ ਰਹੀਆਂ ਨੇ। ਹਜ਼ੂਰ ਬੜੀ ਤੇਜ਼ ਰਫਤਾਰ ਨਾਲ ਸਟੇਜ ਤੇ ਚੜੇ, ਸਟੇਜ ਦੇ ਉੱਪਰ ਕੁਝ ਬੈਨਰ ਲੱਗੇ ਹੋਏ ਨੇ। ਹਜ਼ੂਰ ਨੇ ਸਿੱਖ ਸੰਗਤਾਂ ਨੂੰ ਮੁਖਾਤਬ ਹੁੰਦਿਆਂ ਹੋਇਆਂ ਆਖਿਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਪਲਾ। ਸ਼ਹਿਨਸ਼ਾਹ ਨੇ ਇਸ਼ਾਰਾ ਕੀਤਾ, ਸਾਹਮਣੇ ਇੱਕ ਮਾਟੋ ਲੱਗਿਆ। ਹਜ਼ੂਰ ਨੇ ਸਿੱਖ ਸੰਗਤਾਂ ਨੂੰ ਆਖਿਆ, ਐ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਲੈਣਾ ਸਿੱਖੋ, ਜਰਾ ਪੜ੍ਹੋ ਤੇ ਸਹੀ ਇਹ ਸਾਹਮਣੇ ਕੀ ਲਿਖਿਆ। ਇਹ ਲਿਖਿਆ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀਆ, ਇਤ ਮਾਰਗ ਪੈਰ ਤਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ। ਸ਼ਹਿਨਸ਼ਾਹ ਨੇ ਦੂਸਰੇ ਮਾਟੋ ਵੱਲ ਇਸ਼ਾਰਾ ਕੀਤਾ ਹੈ, ਜਿਹਦੇ ਉੱਪਰ ਲਿਖਿਆ ਸੀ, ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਸ਼ਹਿਨਸ਼ਾਹ ਨੇ ਇਸ਼ਾਰਾ ਕੀਤਾ ਤੀਸਰੇ ਮਾਟੋ ਵੱਲ, ਜਿਹਦੇ ਉੱਪਰ ਲਿਖਿਆ ਹੈ, ਸੂਰਜ ਸੋ ਪਹਿਚਾਨੀਏ ਜੋ ਲਰੇ ਦੀਨ ਕੇ, ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡ ਖੇ। ਇੱਕ ਮਾਟੋ ਸਾਹਮਣੇ ਲੱਗਾ ਹੈ, ਸ਼ਹਿਨਸ਼ਾਹ ਨੇ ਉੱਧਰ ਇਸ਼ਾਰਾ ਕਰਦੇ ਹੋਏ ਆਖਿਆ, ਗੁਰੂ ਨਾਨਕ ਪਾਤਸ਼ਾਹ ਦੇ ਨਾਮ ਲੈਵਾ ਸਿੱਖੋ, ਐ ਜਰਾ ਤੱਕੋ ਸਾਹਮਣੇ ਕੀ ਲਿਖਿਆ ਹੈ। ਲਿਖਿਆ ਸੀ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆਸ, ਹੋ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ। ਇਹ ਗੱਲ ਕਹਿੰਦੇ ਸਰ, ਹਜ਼ੂਰ ਨੇ ਸਰ ਕਰਦੀ ਮਿਆਨ ਚੋਂ ਤਲਵਾਰ ਕੱਢੀ, ਸ਼ਹਿਨਸ਼ਾਹ ਨੇ ਉਸ ਤਲਵਾਰ ਨੂੰ ਹਵਾ ਵਿੱਚ ਲਹਿਰਾਇਆ, ਸਟੇਜ ਤੋਂ ਇੰਗਲਿਸ਼ ਕਾਲਾ ਪਿਆ, ਜਿਵੇਂ ਸੌਣ ਭਾਦੋ ਦੀਆਂ ਕਾਲੀਆਂ ਕਟਾਵਾਂ ਵਿੱਚ ਬਿਜਲੀ ਲਿਸ਼ਕਦੀ ਹੈ। ਹਜ਼ੂਰ ਨੇ ਆਖਿਆ, ਗੁਰੂ ਨਾਨਕ ਪਾਤਸ਼ਾਹ ਦੇ ਨਾਮ ਲੈਣਾ ਸਿੱਖੋ, ਆਓ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਇਹ ਤਲਵਾਰ ਤੁਹਾਡੇ ਕੋਲੋਂ ਸਿਰ ਮੰਗਦੀ ਹੈ। ਇਹ ਗੱਲ ਸੁਣਦਿਆ ਸਾਰ ਇੱਕ ਸਨਾਟਾ ਛਾ ਗਿਆ, ਉਸ ਵੇਲੇ ਦਾ ਦ੍ਰਿਸ਼ ਸੰਤ ਸਿੰਘ ਪਾਰਸ ਦਾ ਗੋਲਡਨ ਟਾਡੀ ਜਥਾ ਹੈ ਉਹ ਪੇਸ਼ ਕਰਨ ਲੱਗਾ ਵਾ। ਕਾਲੀ ਸੁਣ ਕੇ ਗੁਰੂ ਦਾ ਸੰਦੇਸ਼ ਦੀ